ਸਤਿ ਸ਼੍ਰੀ ਅਕਾਲ ਜੀ ਤੁਸੀਂ ਪ੍ਰਾਈਮੇਰੀ ਸ਼ਾਹ ਟੈਲੀਵਿਜ਼ਨ ਦੇਖ ਰਹੇ ਹੋ ਦੋਸਤੋ ਮੈਂ ਹਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਦੇ ਬਾਰੇ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਹਰ ਰੋਜ਼ ਦੀ ਤਰ੍ਹਾਂ ਹੀ ਪੰਜਾਬ ਦੇ ਵਿੱਚ ਪਿਛਲੇ 24 ਘੰਟਿਆਂ ਦਰਮਿਆਨ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਮੀਂਹ ਪਿਆ ਤੇ ਕਈ ਥਾਵਾਂ ਦੇ ਉੱਤੇ ਬੇਹਦ ਮੀਂਹ ਪਿਆ ਕਈ ਥਾਵਾਂ ਤੇ ਗੋਡੇ-ਗੋਡੇ ਪਾਣੀ ਆ ਕਈ ਥਾਵਾਂ ਦੇ ਉੱਤੇ ਪਤਾ ਲੱਗਾ ਵੀ ਫਸਲਾਂ ਬੇਹੱਦ ਪ੍ਰਭਾਵਿਤ ਹੋ ਗਈਆਂ ਤੇ ਕਈ ਥਾਵਾਂ ਦੇ ਉੱਤੇ ਮੀਂਹ ਠੀਕ-ਠੀਕ ਪਿਆ ਇਹ ਸਾਰੇ ਵਰਤਾਰੇ ਦੇ ਕਰਕੇ ਤਾਪਮਾਨ ਦੇ ਵਿੱਚ ਭਾਵੇਂ ਗਰਾਵਟ ਆਈ ਹੈ ਭਾਵੇਂ ਕਿ ਬਿਜਲੀ ਦੀ ਕੁਝ ਦਿਨਾਂ ਤੱਕ ਬਚਤ ਹੋਣੀ ਸ਼ੁਰੂ ਹੋ ਜਾਣੀ ਆ ਉਹਦਾ ਕਾਰਨ ਇਹ ਆ ਵੀ ਜਦੋਂ ਬਿਜਲੀ ਦੀ ਮੰਗ ਘਟੂਗੀ ਮੌਸਮ ਠੰਡਾ ਹੋਊਗਾ ਤਾਂ ਫਿਰ ਉਸ ਤੋਂ ਬਾਅਦ ਪਾਵਰ ਕਮਪਨੀ ਡਿਪਾਰਟਮੈਂਟ ਦੇ ਉੱਤੇ ਵੀ ਬੋਝ ਘਟਾ ਹੋਊਗਾ ਪਰ ਨੁਕਸਾਨ ਕਈ ਥਾਵਾਂ ਦੇ ਉੱਤੇ ਜਾਨੀ ਤੌਰ ਤੇ ਵੀ ਹੋਇਆ ਅਮੈਂ ਹੁਣੇ-ਹੁਣੇ ਇੱਕ ਰਿਪੋਰਟ ਪੜ੍ਹ ਕੇ ਹਟਿਆ ਲੁਧਿਆਣੇ ਦੇ ਇੱਕ ਖੇਤਰ ਦੇ ਵਿੱਚ ਕੰਦ ਡਿੱਗੀ ਹੈ ਜਿਹਦੇ ਕਰਕੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਕਈ ਥਾਵਾਂ ਦੇ ਉੱਤੇ ਛੱਡ ਡਿਗੇ ਆ ਕਈ ਥਾਵਾਂ ਤੇ ਦਰਖਤ ਡਿਗੇ ਆ ਕਈ ਥਾਵਾਂ ਦੇ ਉੱਤੇ ਵਿਕਲਾਂ ਦੇ ਉੱਤੇ ਜਿਹੜੇ ਆ ਉਹ ਦਰਖਤ ਡਿੱਗੇ ਆ ਤੇ ਜਿਹਦੇ ਕਰਕੇ ਜਾਨੀ ਨੁਕਸਾਨ ਆ ਜੜੀਆਂ ਉਹਦੇ ਬਾਰੇ ਵੀ ਇੱਕ ਦੋ ਖਬਰਾਂ ਆਈਆਂ ਤੇ ਮਾਲੀ ਨੁਕਸਾਨ ਦੀਆਂ ਖਾਸੀਆਂ ਖਬਰਾਂ ਪ੍ਰਾਪਤ ਹੋਈਆਂ ਬਾਕੀ ਆਉਂਦੇ 72 ਘੰਟਿਆਂ ਦੇ ਵਿੱਚ ਵੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਭਰਮਾ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ ਸੋ ਜਿਵੇਂ ਜਿਵੇਂ ਜਾਣਕਾਰੀ ਪ੍ਰਾਪਤ ਹੋਈ ਓਵੇਂ ਓਵੇਂ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਅਸੀਂ ਸਾਂਝੀ ਕਰਦੇ ਰਹਾਂਗੇ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਹੈ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਮੁਰ ਗਠ ਜੋੜ ਹੋਣ ਦੀਆਂ ਤਿਆਰੀਆਂ ਦੇ ਨਾਲ ਸੰਬੰਧਿਤ ਅੰਦਾਜ਼ਾ ਨਾਲ ਸੰਬੰਧਿਤ ਅਸੀਂ ਪਹਿਲਾਂ ਵੀ ਬੜੀ ਵਾਰੀ ਬੇਨਤੀ ਕੀਤੀ ਹੈ ਕਿ ਪੰਜਾਬ ਦੇ ਲੋਕ ਆ ਜਿਹੜੇ ਉਹ ਭਾਵੇਂ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਵਸਦੇ ਆ ਜਦੋਂ ਕਿਸੇ ਪਾਰਟੀ ਦਾ ਜਦੋਂ ਕਿਸੇ ਨੇਤਾ ਦਾ ਗੱਠਜੋੜ ਹੁੰਦਾ ਜੱਫੀ ਪੈਂਦੀ ਆ ਉਸ ਵਕਤ ਗਾਲ ਦੁੱਪੜ ਦੀ ਵਰਤੋਂ ਕਰਨ ਦੀ ਥਾਂ ਦੇ ਉੱਤੇ ਸਬਕ ਦੇ ਤੌਰ ਦੇ ਉੱਤੇ ਲਿਆ ਕਰਨ ਅਸੀਂ ਪਿੰਡਾਂ ਦੇ ਵਿੱਚ ਪੱਤੀਆਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਗਲੀਆਂ ਦੇ ਵਿੱਚ ਗਵਾਂਡ ਦੇ ਵਿੱਚ ਕਿਵੇਂ ਸਿਰ ਪਾੜਦੇ ਰਹਿੰਨੇ ਆ ਅਸੀਂ ਕਹਿੰਦੇ ਜੀ ਮੈਂ ਆਪ ਵਾਲਾ ਇਹ ਅਕਾਲੀ ਦਲ ਦਾ ਇਹ ਕਾਂਗਰਸ ਦਾ ਇਹ ਭਾਜਪਾ ਦਾ ਬਸਪਾ ਦਾ ਅਸੀਂ ਹੌ ਸਿਰ ਪਾੜਦੇ ਰਹੇ ਪਰਚੋ ਪਰਚੀ ਹੁੰਦੇ ਰਹੇ ਪਰ ਜਦੋਂ ਉਹ ਜਿਹੜੀਆਂ ਪਾਰਟੀਆਂ ਦੇ ਪਿੱਛੇ ਅਸੀਂ ਲੜਦੇ ਰਹੇ ਆ ਜਿਹੜੇ ਜਿਹੜੇ ਬੰਦਿਆਂ ਪਿੱਛੇ ਅਸੀਂ ਲੜਦੇ ਰਹੇ ਆ ਜਦੋਂ ਉਹ ਆਪਸ ਦੇ ਵਿੱਚ ਇਕੱਠੇ ਹੋ ਜਾਂਦੇ ਤੇ ਫਿਰ ਅਸੀਂ ਪਰਚੇ ਰੱਦ ਕਿਉਂ ਨਹੀਂ ਕਰਵਾਉਂਦੇ ਫਿਰ ਅਸੀਂ ਇਸ ਗੱਲ ਤੇ ਪਛਤਾਵਾ ਕਿਉਂ ਨਹੀਂ ਕਰਦੇ ਵੀ ਇਹ ਸਾਡੀ ਮੂਰਖਤਾ ਸੀ ਜੋ ਅਸੀਂ ਰਾਜਨੀਤਿਕ ਲੋਕਾਂ ਦੇ ਪਿੱਛੇ ਲੜਦੇ ਰਹੇ ਆ ਕੋਈ ਵੀ ਸੱਜਣ ਕੋਈ ਵੀ ਭੈਣ ਵੀਰ ਕਿਸੇ ਵੀ ਸਿਆਸੀ ਪਾਰਟੀ ਦੇ ਪਿੱਛੇ ਇੱਕ ਪੈਸੇ ਦੀ ਲੜਾਈ ਨਾ ਮੁੱਲ ਲਵੇ ਕੋਈ ਜ਼ਰੂਰਤ ਨਹੀਂ ਗਈ ਵੋਟ ਜੀ ਨੂੰ ਪਾਉਣੀ ਆ ਪਾਓ ਨਹੀਂ ਪਾਉਣੀ ਨਾ ਪਾਓ ਇਹ ਤੁਹਾਡਾ ਨਿੱਜੀ ਤੌਰ ਦੇ ਉੱਤੇ ਅਧਿਕਾਰ ਆ ਪਰ ਆਪਣੇ ਗਲੀ ਗੁਆਂਢ ਦੇ ਵਿੱਚ ਪਿੰਡ ਦੇ ਵਿੱਚ ਪੱਤਿਆਂ ਦੇ ਵਿੱਚ ਬਣਾ ਕੇ ਜ਼ਰੂਰ ਰੱਖੋ ਕਿਉਂਕਿ ਜੇਕਰ ਨਵਜੋਤ ਸਿੰਘ ਸਿੱਧੂ ਤੇ ਬਿਕਰਮ ਸਿੰਘ ਮਜੀਠੀਆ ਜੱਫੀ ਪੈ ਸਕਦੀ ਆ ਤੇ ਜੇਕਰ ਤੁਸੀਂ ਪਰਚੋ ਪਰਚੀ ਹੋਏ ਤਾਂ ਤੁਹਾਡੀ ਜੱਫੀ ਕਿਉਂ ਨਹੀਂ ਪੈ ਸਕਦੀ ਜੇ 2 ਸਾਲਾਂ ਬਾਅਦ ਅਕਾਲੀ ਦਲ ਤੇ ਭਾਜਪਾ ਦੇ ਇਕੱਠੇ ਹੋਣ ਦੀਆਂ ਖਬਰਾਂ ਜ਼ੋਰ ਫੜ ਸਕਦੀਆਂ ਤੇ ਫਿਰ ਤੁਸੀਂ ਵੀ ਇਹੋ ਜੀਆਂ ਖਬਰਾਂ ਕਿਉਂ ਨਹੀਂ ਪਿੰਡ 'ਚ ਪੈਦਾ ਹੋਣ ਦਿੰਦੇ ਵੀ ਮੱਖਣ ਸਿੰਘ ਤੇ ਜਾਗਰ ਸਿੰਘ ਦੀ ਆਪਸ ਦੇ ਵਿੱਚ ਗਲਵਕੜੀ ਪੈ ਗਈ ਆ ਫੂਮਣ ਸਿੰਘ ਤੇ ਬਚਿੰਤ ਸਿੰਘ ਜਿਹੜੇ ਆਪਸ ਦੇ ਵਿੱਚ ਲੜੇ ਸੀਗੇ ਜਾਂ ਜਿਨ੍ਹਾਂ ਦੀਆਂ ਦੂਰੀਆਂ ਵਧ ਗਈਆਂ ਸੀ ਕਿਸੇ ਚੋਣ ਦੇ ਕਰਕੇ ਪੋਲਿੰਗ ਬੂਥ ਦੇ ਕਰਕੇ ਜਾਂ ਕਿਸੇ ਵੀ ਕਾਰਨ ਕਰਕੇ ਉਹਨਾਂ ਨੇ ਆਪਣੀਆਂ ਸਾਰੀਆਂ ਦੂਰੀਆਂ ਖਤਮ ਕਰਤੀਆਂ ਤੇ ਇੱਕ ਦੂਜੇ ਨਾਲ ਸਾਂਝ ਫੇਰ ਬਰਕਰਾਰ ਕਰ ਲਈ ਆ ਸੋ ਇਦਾਂ ਦੀਆਂ ਖਬਰਾਂ ਪਿੰਡਾਂ ਦੇ ਵਿੱਚੋਂ ਵੀ ਆਉਣੀਆਂ ਚਾਹੀਦੀਆਂ ਸਾਡੇ ਏਕੇ ਤੋਂ ਬਾਅਦ ਰਾਜਨੀਤਿਕ ਲੋਕਾਂ ਦਾ ਫਿਕਰ ਵਧੂਗਾ ਉਹ ਆਪਸ ਦੇ ਵਿੱਚ ਫਾਇਦੇ ਮੁਤਾਬਕ ਵੰਡ ਕਰਦੇ ਆ ਵੀ ਮੈਂ ਇੱਧਰ ਜਾਊਂਗਾ ਇੱਧਰੋਂ ਐ ਹੋਊਗਾ ਫਿਰ ਇੱਧਰ ਟਿਕਟ ਮਿਲ ਜੂ ਫਿਰ ਇਹਨੂੰ ਹਰਾ ਲਾਂਗੇ ਫਿਰ ਇਹਨੂੰ ਨਾਲ ਲੈ ਲਾਂਗੇ ਫਿਰ ਇਹਨੂੰ ਨਾਲ ਲੈ ਲਾਂਗੇ ਤੇ ਸਾਨੂੰ ਪੁੱਛਦਾ ਕੋਈ ਨਹੀਂ ਹੁੰਦਾ ਅਸੀਂ ਵੱਟ ਤੋਂ ਵੱਧ ਕੀ ਕੰਮ ਲੈਣਾ ਹੁੰਦਾ ਅਖੇ ਜੀ ਹਲਮਟ ਨਹੀਂ ਲਿਆ ਤੇ ਫੋਨ ਕਰਾਉਣਾ ਜੀ ਤੇ ਪੁਲਿਸ ਮੁਲਾਜ਼ਮ ਦੇ ਕੋਲੋਂ ਨਿਕਲ ਕੇ ਜਾਣਾ ਸਾਡੇ ਮਸਲੇ ਇਹੋ ਜੇ ਸਾਡੇ ਮਸਲੇ ਇਹ ਵੀ ਭਾਈ ਸਾਡੇ ਗਲੀ ਗੁਆਂਢ ਦੇ ਵਿੱਚ ਲੜਾਈ ਪੈ ਗਈ ਤੇ ਇੱਕ ਦੂਜੇ ਦੇ ਖਿਲਾਫ ਪੁਲਿਸ ਦੇ ਕੋਲੇ ਸ਼ਿਕਾਇਤ ਕੀਤੀ ਤਾਂ ਮੜਾ ਜਾ ਪੁਲਿਸ ਨੂੰ ਫੋਨ ਕਰਵਾਉਣਾ ਤਾਂ ਜੋ ਸਾਡੀ ਮਦਦ ਹੋ ਜਾਏ ਅਸੀਂ ਇੰਨਾ ਗੱਲਾਂ ਤੋਂ ਉੱਤੇ ਉੱਠ ਗਏ ਅਸੀਂ ਵੀ ਆਪਣਾ ਬੁੱਧਕ ਪੱਧਰ ਉੱਚਾ ਕਰ ਗਏ ਕੱਲੀਆਂ ਗਾਲਾਂ ਹੀ ਨਾ ਕੱਢੀ ਜਾਗੇ ਸਿਆਸੀ ਲੋਕ ਮਾੜੇ ਹਨ ਫਲਾਣੇ ਹਨ ਢਿੰਗੜੇ ਹਨ ਆਪ ਵੀ ਚੰਗੇ ਬਣੀਏ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਕਿ ਅਸੀਂ ਇਕੱਲਾ ਇਕੱਲਾ ਬੰਦਾ ਆਪਣੇ ਆਪ ਨੂੰ ਚੰਗਾ ਕਰੀਏ ਜਿਹੜੀ ਇਹ ਖਬਰ ਆਈ ਹੈ ਬੀਜੇਪੀ ਤੇ ਅਕਾਲੀ ਦਲ ਦੇ ਗੱਠ ਜੋੜ ਦੀ ਵੀ ਇਹ ਹੋ ਹੀ ਜਾਣਾ ਇਰੇ ਬਾਬਤ ਮੈਨੂੰ ਕੋਈ ਹਰਾਨੀ ਨਹੀਂ ਹੋਈ ਕਿਉਂਕਿ ਇਸ ਗੱਲ ਦੇ ਅੰਦਾਜ਼ੇ ਅਸੀਂ ਇਸੇ ਪ੍ਰੋਗਰਾਮ ਦੇ ਵਿੱਚ ਬਹੁਤ ਵਾਰ ਪੇਸ਼ ਕੀਤੇ ਆ ਕਿ ਇਹ ਗਠਜੋੜ ਸਮੇਂ ਦੀ ਲੋੜ ਹੈ ਇਹ ਗਠਜੋੜ ਹੋਣ ਦੀ ਸੰਭਾਵਨਾ ਹੈ ਕਿਉਂਕਿ ਦੋਵਾਂ ਸਿਆਸੀ ਪਾਰਟੀਆਂ ਦਾ ਪੰਜਾਬ ਦੇ ਵਿੱਚ ਇੱਕੋ ਜਿਹਾ ਹੀ ਹਾਲ ਹੈ ਜੇ ਪਿੰਡਾਂ ਦੇ ਵਿੱਚ ਭਾਜਪਾ ਨੂੰ ਕੋਈ ਨਹੀਂ ਪੁੱਛ ਰਿਆ ਤਾਂ ਸ਼ਹਿਰੀ ਖੇਤਰ ਦੇ ਵਿੱਚ ਅਕਾਲੀ ਦਲ ਦੀ ਕੋਈ ਭਲ ਨਹੀਂ ਆ ਦੋਨੋਂ ਪਾਰਟੀਆਂ ਨੂੰ ਇੱਕ ਦੂਜੇ ਤੱਕ ਲੋੜ ਬਰਾਬਰ ਦੀ ਆ ਪਾਵੇਂ ਆਪਾ ਫੜਾ ਮਾਰੀ ਜੱਗੇ 13 ਦੀਆਂ 13 ਸੀਟਾਂ ਸੀ ਕੱਲੇ ਜਿੱਤ ਲਵਾਂਗੇ ਅਸੀਂ 13 ਦੀਆਂ 13 ਸੀਟਾਂ ਕੱਲੇ ਲੜ ਲਵਾਂਗੇ ਇਹ ਗੱਲਾਂ ਕਹਿਣਦਿਆਂ ਇੰਉਂ ਤਾਂ ਕੋਈ ਵੀ ਕਹੀ ਜਾਂਦਾ ਪਰ ਗੱਲ ਇਹ ਐ ਵੀ ਕੋਈ ਵੇਲਾ ਸੀ ਜਦੋਂ ਦੋ ਦਹਾਕਿਆਂ ਤੋਂ ਵੱਧ ਸਮਾਂ ਭਾਜੀਪੀ ਤੇ ਅਕਾਲੀ ਦਲ ਦੀ ਸਾਂਝ ਰਹੀ ਫਿਰ ਕਿਸਾਨ ਅੰਦੋਲਨ ਦੇ ਕਰਕੇ ਤੇ ਬੀਬੀ ਹਰਸਮਰਤ कौर ਬਾਦਲ ਨੇ ਆਪਣੀ ਕੇਂਦਰੀ ਕੁਰਸੀ ਵੀ ਛੱਡੀ ਤੇ ਉਸ ਤੋਂ ਬਾਅਦ ਆਪਾਂ ਜਾਣਦੇ ਇੱਕ ਗੱਠ ਜੋੜ ਵੀ ਟੁੱਟ ਗਿਆ ਫਿਰ ਇੱਕ ਦੂਜੇ ਦੇ ਖਿਲਾਫ ਬਿਆਨ ਆਉਣ ਦਾ ਸਿਲਸਲਾ ਸ਼ੁਰੂ ਹੋ ਗਿਆ ਫਿਰ ਬੀਜੇਪੀ ਦੇ ਕਈ ਆਗੂ ਨੇ ਕਿਹਾ ਅਸੀਂ ਕੱਲੇ ਹੀ ਚੋਣ ਲੜਾਂਗੇ ਸਾਨੂੰ ਲੋੜ ਨਹੀਂ ਅਕਾਲੀ ਦਲ ਦੇ ਆਗੂ ਚੁੱਪ ਰਹੇ ਹੁਣ ਇਹ ਉਹ ਵੇਲਾ ਜਦੋਂ ਵੱਡੇ ਬੱਦਲ ਸਾਹਿਬ ਦੁਨੀਆਂ ਦੇ ਉੱਤੇ ਨਹੀਂ ਆ ਅਕਾਲੀ ਦਲ ਦੇ ਮੂਰੇ ਚੁਣੌਤੀਆਂ ਦਾ ਪਹਾੜ ਆ ਇਹਦੇ 'ਚ ਕੋਈ ਦੋਰ ਆ ਨਹੀਂ ਜੇਕਰ ਕਿਸੇ ਨੂੰ ਭਲੇਖਾ ਤਾਂ ਤੁਸੀਂ ਇਹ ਦੇਖੋ ਵੀ ਤਿੰਨ ਸੀਟਾਂ ਮਿਲੀਆਂ ਸਿਰਫ ਤੇ ਸਿਰਫ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਉਹਦੇ ਵਿੱਚ ਤੇ ਦੋ ਸੀਟਾਂ ਮਿਲੀਆਂ ਸਿਰਫ ਤੇ ਸਿਰਫ ਭਾਜਪਾ ਨੂੰ ਸੋ ਇਸ ਕਰਕੇ ਜ਼ਰੂਰਤ ਦੇ ਮੁਤਾਬਕ ਰਿਸ਼ਤਾ ਬਣਾਉਣਾ ਹੀ ਪੈਣਾ ਇਹ ਵੀ ਪਤਾ ਲੱਗਾ ਜੀ ਕਿ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਚੋਣਾਂ ਦੇ ਮੱਦੇ ਨਜ਼ਰ ਅਕਾਲੀ ਦਲ ਤੇ ਭਾਜਪਾ ਦੇ ਦਰਮਿਆਨ ਟਿਕਟਾਂ ਦੀ ਸੀਟਾਂ ਦੀ ਵੰਡ ਦਾ ਫਾਰਮੂਲਾ ਵੀ ਤੈਅ ਹੋ ਚੁੱਕਿਆ ਤੇ ਇਹ ਵੀ ਗੱਲ ਲਗਭਗ ਤੈਅ ਮੰਨੀ ਜਾ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਜਾਂ ਬੀਬੀ ਹਰਸਿਮਰਤ कौर ਬਾਦਲ ਦੋਵਾਂ ਦੇ ਵਿੱਚੋਂ ਇੱਕ ਜਣੇ ਨੂੰ ਫਿਰ ਕੇਂਦਰੀ ਕੁਰਸੀ ਜਿਹੜੀ ਉਰਦੇਨ ਦੀ ਤਿਆਰੀ ਹੈ ਝੰਡੀ ਵਾਲੀ ਕਾਰ ਦੋਵਾਂ ਦੇ ਵਿੱਚੋਂ ਇੱਕ ਨੂੰ ਫਿਰ ਮਿਲ ਜਾਣੀ ਹੈ ਕੁਝ ਕੁ ਲੋਕ ਇਹ ਗੱਲ ਕਹਿੰਦੇ ਕਿ ਬੀਬੀ ਹਰਸਿਮਰਤ कौर ਬਾਦਲ ਨੂੰ ਫੂਡ ਪ੍ਰੋਸੈਸਿੰਗ ਵਾਲਾ ਮੰਤਰੀ ਫਿਰ ਮਿਲੂਗਾ ਕੁਝ ਕੁ ਲੋਕ ਇਹ ਗੱਲ ਕਹਿੰਦੇ ਵੀ ਸ਼ਾਇਦ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਮਿਲੂਗਾ ਤੇ ਕਹਿੰਦੀ ਹੈ ਵੀ ਜੇਕਰ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਮਿਲਿਆ ਕੇਂਦਰ ਦੇ ਵਿੱਚ ਰਤਬਾ ਛੰਡੀ ਵਾਲੀ ਇਕਾਰ ਮਿਲੀ ਤਾਂ ਸ਼ਾਇਦ ਸੁਖਬੀਰ ਸਿੰਘ ਬਾਦਲ ਖੜੀ ਖੇਤੀਬਾੜੀ ਵਿਭਾਗ ਦੇ ਮੰਤਰੀ ਬਣਾਈ ਜਾਣ ਇਹ ਅੰਦਾਜ਼ੇ ਨੇ ਇਹ ਅੰਦਾਜ਼ੇ 100% ਦੀ ਇਵੇਂ ਹੀ ਸਹੀ ਸਾਬਤ ਹੋਣਗੇ ਇਹਦੀ ਤਦ ਹੀ ਸਿੱਕੀ ਗਰੰਟੀ ਦਿੰਦੇ ਪਰ ਗੱਲ ਇਹ ਆ ਵੀ ਆਉਂਦੇ ਸਮੇਂ ਦੇ ਵਿੱਚ ਕੁਝ ਨਾ ਕੁਝ ਵੱਡੀ ਗਲਵਕੜੀ ਵਾਲੀ ਨੌ ਤੇ ਮਾਸ ਦੇ ਰਿਸ਼ਤੇ ਵਾਲੀ ਖਬਰ ਫੇਰ ਸਾਹਮਣੇ ਆਉਣੀ ਆ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ ਪੰਜਾਬ ਦੇ ਵਿੱਚ ਤਕਰੀਬਨ 2 ਸਾਲ ਬਾਅਦ ਅਕਾਲੀ ਦਲ ਤੇ ਭਾਜਪਾ ਦਰਮਿਆਨ ਗੱਟਚੋੜ ਹੋ ਸਕਦਾ ਹੈ ਇਹਦੇ ਪੂਰੇ ਅਸਾਰ ਬਣ ਗਏ ਨੇ ਸੂਤਰਾ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਭਾਜਪਾ ਹਾਈ ਕਮਾਂਡ ਦਰਮਿਆਨ ਚਰਚਾ ਵੀ ਹੋ ਚੁੱਕੀ ਹੈ ਜਿਦੇ ਵਿੱਚ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਸੀਟਾਂ ਦੀ ਵੰਡ ਦੇ ਫਾਰਮੂਲੇ ਦੇ ਉੱਤੇ ਸਹਿਮਤੀ ਵੀ ਬਣ ਚੁੱਕੀ ਹੈ ਇਹਦੇ ਉੱਤੇ ਪਾਰਟੀ ਦੀ ਮਨਜ਼ੂਰੀ ਲੈਣ ਦੇ ਲਈ ਸੁਖਬੀਰ ਸਿੰਘ ਬਾਦਲ ਚੰਡੀਗੜ੍ਹ ਦੇ ਵਿੱਚ ਕੋਰ ਕਮੇਟੀ ਦੀ ਮੀਟਿੰਗ ਕਰ ਰਹੇ ਨੇ ਉਹਨਾਂ ਨੇ ਜ਼ਿਲ੍ਹਾ ਪ੍ਰਧਾਨਾਂ ਤੇ ਵਿਧਾਨ ਸਭਾ ਖੇਤਰ ਦੇ ਇੰਚਾਰਜਾਂ ਦੀ ਵੀ ਮੀਟਿੰਗ ਸੱਦੀ ਹੈ ਗੱਠਜੋੜ ਹੋਇਆ ਤਾਂ ਸੁਖਬੀਰ ਸਿੰਘ ਬਾਦਲ ਜਾਂ ਉਹਨਾਂ ਦੀ ਧਰਮ ਪਤਨੀ ਦੇ ਵਿੱਚੋਂ ਕੋਈ ਇੱਕ ਕੇਂਦਰ ਦੀ ਈＮਡੀਆ ਸਰਕਾਰ ਦੇ ਵਿੱਚ ਫਿਰ ਮੰਤਰੀ ਬਣ ਖਰ ਸਿਮਰਤ ਖਰ ਬਾਦਲ ਨੇ ਗੱਠਜੋੜ ਤੋੜਨ ਤੋਂ ਕੁਝ ਦਿਨ ਬਾਅਦ ਕੇਂਦਰ ਦੇ ਵਿੱਚ ਫੂਡ ਪ੍ਰੋਸੈਸਿੰਗ ਮੰਤਰੀ ਰਾਉ ਦਾ ਛੜ ਦਿੱਤਾ ਸੀ ਉਹਨਾਂ ਵੱਲੋਂ ਪੁਰਾਣੇ ਮਹਿਕਮੇ ਦੀ ਮੰਤਰੀ ਬਣਨ ਦੀ ਸੰਭਾਵਨਾ ਵੱਧ ਹੈ ਸੁਖਬੀਰ ਸਿੰਘ ਬਾਦਲ ਕੇਂਦਰ ਦੇ ਵਿੱਚ ਸ਼ਾਮਲ ਹੋਏ ਤਾਂ ਸ਼ਾਇਦ ਉਹ ਖੇਤੀਬਾੜੀ ਮੰਤਰੀ ਬਣ ਜਾਣ ਕੇਂਦਰ ਸਰਕਾਰ ਦੇ ਵਿੱਚ ਜਲਦ ਹੀ ਉਲਟ ਫੇਰ ਦੇ ਅਸਰ ਬਣੇ ਹੋਏ ਨੇ ਯਾਨੀ ਕਿ ਕੈਬਨਟ ਦੇ ਵਿੱਚ ਤੇ ਜਲਦ ਹੀ ਇਸ ਮੁਤਲਕ ਕੋਈ ਮਹੱਤਵਪੂਰਨ ਫੈਸਲਾ ਹੋ ਸਕਦਾ ਹੈ 1996 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਰਮਿਆਨ ਗੱਠਜੋੜ ਹੋਇਆ ਸੀ 221 ਦੇ ਵਿੱਚ ਕਿਸਾਨ ਅੰਦੋਲਨ ਮੌਕੇ ਦੋਵਾਂ ਦਾ ਸਬੰਧ ਟੁੱਟ ਗਿਆ ਸੀ 2 ਸਾਲ ਅੱਡ-ਅੱਡ ਰਹਿਣ ਤੋਂ ਬਾਅਦ ਹੁਣ ਦੋਵੇਂ ਪਾਰਟੀਆਂ ਫਿਰ ਇਕੱਠੇ ਹੋਣਗੀਆਂ ਇਸ ਗੱਲ ਦੀ ਸੰਭਾਵਨਾ ਸਿਖਰ ਨੂੰ ਛੋ ਗਈ ਹੈ ਇਸ ਖਬਰ ਦੇ ਉੱਤੇ ਟਿੱਪਣੀ ਕਰ ਲੈ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਪਿਛਲੇ ਦਿਨੀ ਇਸ ਗੱਲ ਦੀ ਖ਼ਬਰ ਪ੍ਰਾਪਤ ਹੋਈ ਸੀ ਕਿ ਗੱਲਬਾਤ ਲਗਭਗ ਤੈਅ ਹੋ ਚੁੱਕੀ ਹੈ ਤੈਅ ਇਸ ਰੂਪ ਦੇ ਵਿੱਚ ਹੋਈ ਸੀ ਗੱਲ ਕਿ ਭਾਵੇਂ ਜੀ ਪੀ ਸ਼ਾਇਦ 7 ਸੀਟਾਂ ਦੇ ਉੱਤੇ ਪੰਜਾਬ ਚ ਟੋਣ ਲੜਨੀ ਚਾਹੁੰਦੀ 2024 ਵਾਲੀ ਤੇ ਅਕਾਲੀ ਦਲ ਨੂੰ ਉਹ 6 ਸੀਟਾਂ ਦੇਣੀਆਂ ਚਾਹੁੰਦੇ ਜਿਵੇਂ ਕਿ ਅੰਦਾਜ਼ੇ ਲਗੇ ਸੀ ਪਰ ਅਕਾਲੀ ਦਲ ਚਾਹੁੰਦਾ ਸੀ ਕਿ ਸਾਨੂੰ 7 ਸੀਟਾਂ ਦਿਓ ਅਸੀਂ ਉਹਨਾਂ 7ਾਂ ਦੇ ਵਿੱਚੋਂ ਇੱਕ ਸੀਟ ਬਸਪਾ ਲਈ ਝੋਲੀ ਪਾ ਦਾਂਗੇ 6ਾਂ ਤੇ ਆਪ ਲੜਾਂਗੇ 6 ਬੀਜੇਪੀ ਲੜ ਲੂਗੀ ਯਾਨੀ ਕਿ ਤਿੰਨ ਪਾਰਟੀਆਂ ਮਿਲ ਕੇ ਸਾਂਝੇ ਤੌਰ ਦੇ ਉੱਤੇ ਹਮਲਾ ਮਾਰਨੀਆਂ 2024 ਦੇ ਵਿੱਚ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਬੀਜੇਪੀ ਨੂੰ ਅਕਾਲੀ ਦਲ ਦੀ ਯਾਦ ਆਈ ਕਿਉਂ ਪਰ ਰਾਜਾ ਵੜਿੰਗ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਪੰਜਾਬ ਦੇ ਉਹ ਕਹਿੰਦੇ ਗੱਠਜੋੜ ਟੁੱਟਿਆ ਕਦੋਂ ਸੀ ਇਹ ਤੱਕ ਡਰਾਮਾ ਕੀਤਾ ਗਿਆ ਸੀ ਉਹ ਕਹਿੰਦੇ ਜੀ ਇਕੱਠੇ ਹੀ ਸੀ ਇਹ ਸਾਰਾ ਕੁਝ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਕੀਤਾ ਗਿਆ ਸੀ ਇਹ ਉਹਨਾਂ ਦੇ ਵਿਚਾਰ ਆ ਪਰ ਮਨਜਿੰਦਰ ਸਿੰਘ ਸਿਰਸਾ ਹੋਰਾਂ ਨੇ ਗੱਲ ਕਹੀ ਆ ਕਿ ਰਾਜਾ ਬੜਿੰਗ ਨੂੰ ਪਤਾ ਕੁਛ ਨਹੀਂਗਾ ਉਹ ਐਵੇਂ ਟੋਲ ਲਾਈ ਜਾਂਦੇ ਆ ਇਹ ਨਹੀਂ ਪਤਾ ਕਵੇ ਭਾਈ ਕਾਂਗਰਸ ਦੇ ਵਿੱਚ ਕਿਹਨੇ ਕਿਹੜੇ ਰੁਤਬੇ ਤੇ ਰਹਿਣਾ ਇਹ ਕਹਿੰਦੇ ਜੀ ਕਿ ਇਹਦੇ ਗੱਠ ਜੋੜ ਦੀ ਪਹਿਲਾਂ ਹੀ ਗੱਲ ਚੱਲਦੀ ਸੀ ਅੰਦਰ ਖਾਤੇ ਮਿਲੇ ਹੋਏ ਸੀ ਇਹ ਹਵਾ 'ਚ ਡਾਂਗਾ ਨਹੀਂ ਮਾਰਨੀਆਂ ਚਾਹੀਦੀਆਂ ਉਹਨਾਂ ਨੇ ਇਹ ਪੱਖ ਰੱਖਿਆ ਸੋ ਸਮਾਂ ਦੱਸੂਗਾ ਬਣਦਾ ਕੀ ਪਰ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਕਿ ਭਾਜਪਾ ਦੇ ਵੱਲੋਂ ਵੱਖ-ਵੱਖ ਸੂਬਿਆਂ ਦੇ ਵਿੱਚ ਖੇਤਰੀ ਪਾਰਟੀਆਂ ਦੇ ਨਾਲ ਜੱਫੀ ਦੀ ਸਾਂਝ ਵਧਾਉਣ ਦੀ ਹਰ ਪਾਸੇ ਕੋਸ਼ਿਸ਼ ਕੀਤੀ ਜਾ ਰਹੀ ਹੈ 2024 ਦੇ ਮੱਦੇਨਜ਼ਰ ਵਿਰੋਧੀ ਆ ਜਿਹੜੇ ਉਹ ਇਕੱਠੇ ਹੋ ਰਹੇ ਆ ਉਹ ਭਾਵੇਂ ਕਾਂਗਰਸ ਆ ਭਾਵੇਂ ਉਹ ਤਰਨਮੂਲ ਕਾਂਗਰਸ ਹੈ ਭਾਵੇਂ ਉਹ ਆਪਾਂ ਗੱਲ ਕਰ ਗਏ ਇੱਥੇ ਉਧਵ ਠਾਕਰੇ ਦੀ ਪਾਰਟੀ ਹੈ ਭਾਵੇਂ ਅਸੀਂ ਇਹ ਗੱਲ ਕਰ ਗਏ ਇੱਥੇ ਇਸ ਵੇਲੇ ਨਿਤਿਸ਼ ਕੁਮਾਰ ਦੀ ਪਾਰਟੀ ਆ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਕਈ ਹੋਰ ਪਾਰਟੀਆਂ ਜਿਹੜੀਆਂ ਉਹ ਇਕੱਠੀਆਂ ਭਾਜਪਾ ਦੇ ਖਿਲਾਫ ਹੋ ਕੇ ਹੰਬੜਾ ਮਾਰਨ ਦੇ ਲਈ ਸਿਰ ਤੋੜ ਯਤਨ ਹੁਣੇ ਤੋਂ ਕਰ ਰਹੀਆਂ ਹਾਲਾਂਕਿ ਉਹ ਇਕੱਠੀਆਂ ਰਹਿਣਗੀਆਂ ਕਿ ਨਹੀਂ ਰਹਿਣਗੀਆਂ ਇਹ ਘਰ ਉਹ ਕਿ ਨਹੀਂ ਰਹੁ ਉਹਨਾਂ ਦਾ ਮੌਕੇ ਦੇ ਮੁਤਾਬਕ ਸਮਾਂ ਦਸੂਗਾ ਪਰ ਭਾਜਪਾ ਖੇਤਰੀ ਪਾਰਟੀਆਂ ਨੂੰ ਪਹਿਲਾਂ ਨਾਲੋਂ ਨਿਠ ਕੇ ਨਾਲ ਲੈਣ ਦੀਆਂ ਤਿਆਰੀਆਂ ਦੇ ਵਿੱਚ ਚੱਲ ਰਹੀ ਹੈ ਉਸੇ ਪ੍ਰਕਿਰਿਆ ਦੇ ਤਹਿਤ ਹੀ ਪੰਜਾਬ ਦੇ ਵਿੱਚ ਬੀਜੇਪੀ ਤੇ ਅਕਾਲੀ ਦਲ ਦਾ ਗੱਟ ਜੋੜ ਹੋਣ ਦੀ ਸੰਭਾਵਨਾ ਵਧੀਆਂ ਤੇ ਇਹਦੇ ਵਿੱਚ ਵੀ ਕੋਈ ਦੋ ਰਾਇ ਨਹੀਂ ਕਿ ਅਕਾਲੀ ਦਲ ਦਾ ਇਕੱਲੇ ਤੌਰ ਦੇ ਉੱਤੇ ਵਟਿਆ ਕੁਝ ਨਹੀਂ ਗਿਆ ਆ ਦੇਖੋ ਜਿਹੜੀ ਜਲੰਧਰ ਵਾਲੀ ਚੋਣ ਆ ਜਲੰਧਰ ਵਾਲੀ ਚੋਣ ਦੇ ਵਿੱਚ ਜ਼ਿਮਨੀ ਚੋਣ ਦੇ ਵਿੱਚ ਅਕਾਲੀ ਦਲ ਤੀਜੇ ਨੰਬਰ ਦੇ ਉੱਤੇ ਬੀਜੇਪੀ ਚੌਥੇ ਨੰਬਰ ਤੇ ਆ ਪਰ ਬੀਜੇਪੀ ਚੌਥੇ ਨੰਬਰ ਦੇ ਉੱਤੇ ਆ ਕੇ ਵੀ ਖੁਦ ਨੂੰ ਦੂਜੇ ਨੰਬਰ ਤੇ ਮਹਿਸੂਸ ਕਰ ਰਹੀ ਹੈ ਉਹਦਾ ਕਾਰਨ ਇਹ ਆ ਕਿ ਜਲੰਧਰ ਦੀਆਂ 9 ਵਿਧਾਨ ਸਭਾ ਦੀਆਂ ਸੀਟਾਂ ਦੇ ਨੋਵਾ ਦੇ ਵਿੱਚੋਂ ਦੋ ਥਾਵਾਂ ਦੇ ਉੱਤੇ ਬੀਜੇਪੀ ਦੇ ਜਿਹੜੇ ਉਮੀਦਵਾਰ ਆ ਉਹ ਪਹਿਲੇ ਨੰਬਰ ਦੇ ਉੱਤੇ ਰਹੇ ਆ ਉਹ ਇਹ ਸੋਚ ਰਹੇ ਵੀ ਜੇਕਰ ਕਿਤੇ ਵਿਧਾਨ ਸਭਾ ਦੀ ਚੋਣ ਹੁੰਦੀ ਤਾਂ ਜਲੰਧਰ ਦੀਆਂ ਦੋ ਸੀਟਾਂ ਜਿਹੜੀਆਂ ਵਿਧਾਨ ਸਭਾ ਦੀਆਂ ਬੀਜੇਪੀ ਦੀ ਝੋਲੀ ਦੇ ਵਿੱਚ ਪੈ ਜਾਣਗੀਆਂ ਸੋ ਲੋੜ ਦੇ ਸੌਦੇ ਆ ਰਾਜਨੀਤੀ ਵਿੱਚ ਹਮੇਸ਼ਾ ਲੋੜ ਦਾ ਸੌਦਾ ਹੁੰਦਾ ਆਪਾਂ ਕਹਦੇ ਨੇ ਜੀ ਕਿਉਂ ਨਹੀਂ ਵਿਗੜ ਗਈ ਕੋਈ ਪਤਾ ਨਹੀਂ ਕੱਲ ਨੂੰ ਬਣ ਆਪਾਂ ਕਹਿੰਦੇ ਬਣਦੀ ਬਹੁਤ ਆ ਕੋਈ ਪਤਾ ਨਹੀਂ ਕੱਲ ਨੂੰ ਵਿਗੜ ਜੇ ਇੱਥੇ ਭਰਾ ਦੀ ਭਰਾ ਨਾਲ ਸਕਾ ਭਰਾ ਸਕੇ ਭਰਾ ਨਾਲ ਪਿਓ ਪੁੱਤ ਨਾਲ ਇੱਥੇ ਭੈਣ ਭਰਾ ਨਾਲ ਇੱਥੇ ਜੰਗ ਸ਼ਬਦਕ ਤੌਰ ਤੇ ਚੱਲਦੀ ਰਹਿੰਦੀ ਆ ਰਾਜਨੀਤੀ ਦੇ ਵਿੱਚ ਪਰ ਅਸੀਂ ਵੀ ਇਹਨਾਂ ਗੱਲਾਂ ਤੋਂ ਸਬਕ ਸਿੱਖੀਏ ਅਸੀਂ ਵੀ ਇਕੱਠੇ ਹੋਈਏ ਅਸੀਂ ਵੀ ਦੂਰੀਆਂ ਖਤਮ ਕਰੀਏ ਅਸੀਂ ਵੀ ਪਿਆਰ ਦੀ ਸਾਂਝ ਵਧਾਈਏ ਜੇ ਇਹ ਲੋੜ ਮੁਤਾਬਕ ਇਕੱਠੇ ਹੋ ਸਕਦੇ ਆ ਤੇ ਆਪਣੀਆਂ ਕਿਉਂ ਕਾਪੇ ਚੱਲੇ ਆ ਆਪਣੀਆਂ ਕਿਉਂ ਡਾਂਗਾ ਚੱਲੀਆਂ ਆਪਾਂ ਕਿਉਂ ਵਿਗਾੜੀ ਬੈਠੇ ਆ ਆਪਾਂ ਪਿਤਾ ਪੁਰਖੀ ਲੜਨ ਨੂੰ ਥੋੜੀ ਜੰਮੇ ਆ ਗਾਲਾਂ ਕੱਢਣ ਨੂੰ ਥੋੜੀ ਜੰਮੇ ਆ ਆਪਾਂ ਵੀ ਇਕੱਠੇ ਹੋਣ ਦੀ ਕੋਸ਼ਿਸ਼ ਕਰਗੇ ਕਈ ਵਾਰ ਲੋਕਾਂ ਨੂੰ ਕਾਲ ਪੈ ਜਾਂਦੀ ਆ ਕਿ ਅਸੀਂ ਇਸ ਗੱਲ ਦੇ ਬਾਰੇ ਸਭ ਤੋਂ ਪਹਿਲਾਂ ਜਾਣਕਾਰੀ ਦੇਗੇ ਹਾਲਾਂਕਿ ਜਾਣਕਾਰੀ ਦੇਣ ਤੇ ਲੈਣ ਦਾ ਸੰਸਾਰ ਆ ਕਰ ਲੋ ਦੁਨੀਆ ਮੁਠੀ 'ਚ ਇਹ ਯੋਗ ਆ ਤੇ ਸਾਨੂੰ ਇੱਕ ਦੂਜੇ ਤੱਕ ਜਾਣਕਾਰੀਆਂ ਅਪੜਦੀਆਂ ਵੀ ਕਰ ਲੀਆਂ ਚਾਹੀਦੀਆਂ ਪਰ ਹੋਈ ਗੱਲ ਹੁੰਦੀ ਨਹੀਂ ਤੇ ਬਣਾ ਅਸੀਂ ਪਹਿਲਾਂ ਦੰਨੇ ਆ ਇਹਦੇ ਉੱਤੇ ਕਦੇ ਕਦੇ ਹੈਰਾਨੀ ਹੁੰਦੀ ਆ ਕਦੇ-ਕਦੇ ਅਸੀਂ ਸੋਸ਼ਲ ਮੀਡੀਆ ਨੂੰ ਦੇਖਦੇ ਹਾਂ ਕਿ ਅਮਤਾਬਚਨ ਹੋਰੀ ਦੁਨੀਆਂ ਤੋਂ ਭੇਜ ਦਿੱਤੇ ਗਏ ਆ ਪਰ ਉਹ ਤੰਦਰੁਸਤ ਹੁੰਦੇ ਆ ਇਸ ਗੱਲ ਦੀ ਸਾਨੂੰ ਤਸੱਲੀ ਆ ਕਦੇ-ਕਦੇ ਧਰਮਿੰਦਰ ਖੋਲਾ ਨੂੰ ਤੋੜ ਦਿੰਨੇ ਆ ਪਰ ਬਾਅਦ ਵਿੱਚ ਖਬਰ ਆਉਂਦੀ ਆ ਕਿ ਉਹ ਅਫਵਾਹ ਸੀ ਇਹ ਵੀ ਤਸੱਲੀ ਵਾਲੀ ਗੱਲ ਹੁੰਦੀ ਆ ਆ ਹੁਣ ਖਬਰ ਪਿਛਲੇ ਕੁਝ ਘੰਟਿਆਂ ਤੋਂ ਆ ਰਹੀ ਆ ਕਿ ਰਵਨੀਤ ਸਿੰਘ ਬਿੱਟੂ ਜਿਹੜੇ ਕਿ ਲੋਕ ਸਭਾ ਦੇ ਮੈਂਬਰ ਨੇ ਕਾਂਗਰਸ ਪਾਰਟੀ ਦੇ ਲੁਧਿਆਣੇ ਤੋਂ ਉਹ ਜਹਾਨੋਂ ਕੁਝ ਕਰ ਗਏ ਆ ਸੋ ਇਹ ਨਹੀਂ ਪਤਾ ਜੀ ਕਿ ਇਹੋ ਜੀਆਂ ਖਬਰਾਂ ਫੈਲਾ ਕੇ ਲੋਕਾਂ ਨੂੰ ਮਿਲਦਾ ਕੀ ਆ ਮੈਨੂੰ ਹਮੇਸ਼ਾ ਇਸ ਗੱਲ ਦੇ ਉੱਤੇ ਹੈਰਾਨੀ ਰਹਿੰਦੀ ਆ ਕਿ ਅਸੀਂ ਕਿਸੇ ਨੂੰ ਪਸੰਦ ਜਾਂ ਨਾ ਪਸੰਦ ਕਰਦੇ ਹੋ ਸਕਦੇ ਆ ਸਾਡੀ ਨਜ਼ਰ ਦੇ ਵਿੱਚ ਕੋਈ ਚੰਗਾ ਹੋ ਸਕਦਾ ਕੋਈ ਮਾੜਾ ਹੋ ਸਕਦਾ ਪਰ ਅਸੀਂ ਕਿਸੇ ਦੇ ਮਰਨ ਦੀ ਉਡੀਕ ਕਿਉਂ ਕਰਦੇ ਆ ਤੇ ਜਦੋਂ ਅਸੀਂ ਕਿਸੇ ਦੀ ਮੌਤ ਦੀ ਜਾਂ ਕਿਸੇ ਨਾਲ ਕੁਝ ਵਾਪਰੇ ਦੀ ਕੋਈ ਮੰਦੀ ਚੰਗੀ ਖਬਰ ਸਾਂਝੀ ਕਰਦੇ ਆ ਸਾਨੂੰ ਉਹਦੇ ਤੱਥਾਂ ਦੇ ਬਾਰੇ ਕੋਈ ਜਾਣਕਾਰੀ ਹੁੰਦੀ ਹੈ ਕਿ ਜਿਵੇਂ ਆਈ ਉਹ ਮੈਂ ਠਾਠਾ ਕਰਕੇ ਅੱਗੇ ਭੇਜਤੀ ਨਿੱਜੀ ਤੌਰ ਦੇ ਉੱਤੇ ਮੈਂ ਆਪਣੀ ਜ਼ਿੰਮੇਵਾਰੀ ਹਮੇਸ਼ਾ ਲੈਣਾ ਕਿ ਮੇਰੇ ਕੋਲੇ ਆਈ ਹੋਈ ਕੋਈ ਵੀ ਖਬਰ ਮੈਂ ਅੱਗੇ ਇਸ ਕਰਕੇ ਨਹੀਂ ਭੇਜਦਾ ਵੀ ਇਹਦੇ ਵਿੱਚ ਲਈ ਕੀ ਪਤਾ ਜੀ ਨੇ ਮੈਨੂੰ ਭੇਜੀ ਆ ਕੋਈ ਸਚਾਈ ਹੈ ਵੀ ਕਿ ਨਹੀਂ ਹੈ ਸੋ ਪਹਿਲਾਂ ਖਬਰ ਦੀ ਪੜਤਾਲ ਕਰ ਲਿਆ ਕਰੋ ਫੋਟੋ ਜਿਹੜੀ ਅੱਗੇ ਸੈਂਡ ਕਰਨੀ ਹੁੰਦੀ ਆ ਉਹਦੇ ਬਾਰੇ ਜਾਣਕਾਰੀ ਇਕੱਤਰ ਕਰ ਲਿਆ ਕਰੋ ਤਾਂ ਹੀ ਅੱਗੇ ਭੇਜਗੇ ਕੋਈ ਗਾਣਾ ਨਹੀਂ ਵੀ ਗਾਣਾ ਆਪਾਂ ਵਾਇਰਲ ਕਰਨੇ ਕਰਨਾ ਮੇਰੇ ਕੋਲੇ ਆ ਗਿਆ ਆਪਾਂ ਅੱਗੇ ਭੇਜ ਦਗੇ ਚਲੋ ਵਿਊ ਵਧ ਜਾਣਗੇ ਖਬਰ ਤੇ ਗੀਤ ਦੇ ਵਿੱਚ ਫਰਕ ਹੁੰਦਾ ਖਬਰ ਨੂੰ ਖਬਰ ਰਹਿਣ ਦੇਗੇ ਤੇ ਗੀਤ ਨੂੰ ਗੀਤ ਰਹਿਣ ਦਿੱਗੇ ਤੇ ਖਬਰ ਕਦੇ ਮਨੋਰੰਜਨ ਵਾਸਤੇ ਨਹੀਂ ਹੁੰਦੀ ਜਿਹਦੇ ਵਿੱਚੋਂ ਅਸੀਂ ਮਨੋਰੰਜਨ ਭਾਲ ਲੈਨੇ ਆ ਸੋ ਰਵਨੀਤ ਬਿੱਟੂ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਮੈਂ ਜਿਉਂਦਾ ਹਾਂ ਮੇਰਾ ਕੁਝ ਨਹੀਂ ਵਿਕੜਿਆ ਇਹ ਪਤਾ ਨਹੀਂ ਕਿਹੜੇ ਲੋਕਾਂ ਦੇ ਵੱਲੋਂ ਅਫਵਾਹ ਫਲਾਈ ਗਈ ਆ ਗੱਲ ਇਹ ਨਹੀਂ ਕਿ ਇਕੱਲੇ ਰਵਨੀਤ ਬਿੱਟੂ ਦੇ ਬਾਰੇ ਆ ਗੱਲ ਇਹ ਆ ਵੀ ਆਪ ਜੀ ਦੇ ਬਾਰੇ ਵੀ ਕਿਉਂ ਗਲਤ ਖਬਰ ਆਵੇ ਮੇਰੇ ਬਾਰੇ ਵੀ ਕਿਉਂ ਆਵੇ ਆਮ ਆਰਮੀ ਪਾਰਟੀ ਦੇ ਕਿਸੇ ਆਗੂ ਬਾਰੇ ਵੀ ਕਿਉਂ ਵੇ ਅਕਾਲੀ ਦਲ ਦੇ ਕਿਸੇ ਆਗੂ ਦੇ ਬਾਰੇ ਵੀ ਕਿਉਂ ਆਵੇ ਪਰ ਕਿਉਂਕਿ ਇਹ ਅਫਵਾਹਾਂ ਦਾ ਸੰਸਾਰ ਵੀ ਆ ਇਥੇ ਖੰਭਾਂ ਤੋਂ ਬਿਨਾਂ ਵੀ ਟਾਰਾਂ ਬਣਦਗਾ ਤੇ ਅੱਗ ਲੱਗੀ ਤੋਂ ਬਿਨਾਂ ਵੀ ਧੂਆ ਨਿਕਲਦਾ ਪਰ ਲੋਕ ਉਵੇਂ ਹੀ ਯਕੀਨ ਕਰ ਲੈਂਦੇ ਆ ਅੱਜ ਕੱਲ ਤਾਂ ਸਮਾਂ ਇਹੋ ਜਿਹਾ ਬਣ ਗਿਆ ਵੀ ਜੇਕਰ ਕਿਸੇ ਨੇ ਕਿਸੇ ਬਾਰੇ ਕੁਝ ਲਿਖਿਆ ਹੋਵੇ ਤਾਂ ਥੱਲੇ ਬਿਨਾ ਪੜਤਾਲ ਕੀਤੇ ਦੋ ਤੋਂ 250 ਕਮੈਂਟ ਆ ਜਾਂਦਾ ਬਿਲਕੁਲ ਬਾਈ ਜੀ ਇਵੇਂ ਹੀ ਹੈ ਸੱਚ ਆਹੀ ਹੈ ਤੁਸੀਂ ਲਿਖ ਦਿਓ ਵੀ ਇਹ ਗਲਤ ਸੀ ਅੱਛਾ ਗਲਤ ਸੀ ਗਲਤ ਹੀ ਹੈ ਫਿਰ ਗਲਤ ਹੀ ਹੈ ਫਿਰ ਇਦਾਂ ਦਾ ਕੰਮ ਚੱਲ ਪੈਂਦਾ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਮਿੱਟੂ ਦੀ ਮੌਤ ਦੀ ਖਬਰ ਨਾਲ ਬੁੱਧਵਾਰ ਨੂੰ ਸੋਸ਼ਲ ਮੀਡੀਆ ਦੇ ਉੱਤੇ ਖਾਸੀ ਚਰਚਾ ਹੋਈ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਵਾਇਰਲ ਹੋਣ ਤੋਂ ਬਾਅਦ ਹਰ ਕੋਈ ਹੈਰਾਨ ਰਹਿ ਗਿਆ ਹਰ ਕੋਈ ਇਸ ਦਾ ਪਤਾ ਲਾਉਣ ਦੇ ਵਿੱਚ ਜੁਟਿਆ ਸੀ ਕਿ ਮੌਤ ਦੀ ਖਬਰ ਦੀ ਸੱਚਾਈ ਕੀ ਹੈ ਪਰ ਇਸੇ ਦਰਮਿਆਨ ਰਵਨੀਤ ਬਿੱਟੂ ਦੇ ਪੀਏ ਨੇ ਇਸ ਖਬਰ ਦੇ ਉੱਤੇ ਫੁੱਲ ਸਟਾਪ ਲਾਇਆ ਕਿ ਰਵਨੀਤ ਸਿੰਘ ਬਿੱਟੂ ਬਿਲਕੁਲ ਤੰਦਰੁਸਤ ਨੇ ਉਹਨਾਂ ਨੂੰ ਕੁਝ ਨਹੀਂ ਹੋਇਆ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੀ ਮੌਤ ਦੀ ਝੂਠੀ ਪੋਸਟ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਹੈ ਤੇ ਜਿਸ ਤੋਂ ਬਾਅਦ ਸਮਰਥਕਾਂ ਦੇ ਵੱਲੋਂ ਚਿੰਤਾ ਦਾ ਹਰ ਕੀਤੀ ਗਈ ਦਰਅਸਲ ਬੁੱਧਵਾਰ ਨੂੰ ਇਹ ਪੋਸਟ ਵਾਇਰਲ ਹੋਈ ਹੈ ਜਿਦੇ ਵਿੱਚ ਲਿਖਿਆ ਸੀ ਕਿ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਦੀ ਮੌਤ ਹੋ ਗਈ ਉਹ ਕਈ ਦਿਨਾਂ ਤੋਂ ਬਿਮਾਰ ਸਨ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਇਸ ਪੋਸਟ ਦੇ ਵਾਇਰਲ ਹੋਣ ਤੋਂ ਬਾਅਦ ਅਨੰਦਪੁਰ ਸਾਹਿਬ ਤੋਂ ਉਹਨਾਂ ਨੇ ਜਾਣਕਾਰ ਨੇ ਫੋਨ ਕੀਤਾ ਤੇ ਪੀਏ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਖਬਰ ਬਿਲਕੁਲ ਝੂਠੀ ਹੈ ਇੱਥੇ ਵੀ ਇਹ ਸਲਾਮਨਦਾ ਹੈ ਕਿ ਬਿੱਟੂ ਨੂੰ ਕਈ ਵਾਰ ਧਮਕੀਆਂ ਮਿਲ ਚੁੱਕੀਆਂ ਨੇ ਇਸੇ ਸਾਲ WhatsApp ਦੇ ਉੱਤੇ ਕਿਸੇ ਵਿਅਕਤੀ ਨੇ ਵਿਦੇਸ਼ੀ ਨੰਬਰ ਤੋਂ ਕਾਲ ਕਰਕੇ ਉਹਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਸੀ ਧਮਕੀ ਦੇਣ ਵਾਲੇ ਨੇ ਕਿਹਾ ਸੀ ਕਿ ਜਿਵੇਂ ਤੇਰੇ ਦਾਦੇ ਦਾ ਹਾਲ ਹੋਇਆ ਉਸੇ ਤਰੀਕੇ ਦੇ ਨਾਲ ਬੰਬ ਨਾਲ ਤੈਨੂੰ ਵੀ ਉਡਾ ਦਿੱਤਾ ਜਾਵੇਗਾ ਇਸ ਖਬਰ ਦੇ ਉੱਤੇ ਟਿੱਪਣੀ ਕਰ ਲੈ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਦੁੱਖ ਹੁੰਦਾ ਜਦੋਂ ਕਿ ਬਿਨਾਂ ਵਜ੍ਹਾ ਕਿਸੇ ਦੇ ਬਾਰੇ ਕੋਈ ਵੀ ਜਾਣਕਾਰੀ ਫਲਾਈ ਜਾਂਦੀ ਆ ਝੂਠੀ ਗੱਲ ਜਿਹੜੀ ਉਹ ਅੱਗੇ ਤੋਂ ਅੱਗੇ ਵਧਾਈ ਜਾਂਦੀ ਆ ਮੈਂ ਕਦੇ-ਕਦੇ ਹੈਰਾਨ ਹੁੰਨਾ ਵੀ ਕਿੰਨਾ ਵੇਲਾ ਸਮਾਂ ਸਾਡੇ ਵਿੱਚੋਂ ਕੁਝ ਲੋਕਾਂ ਦੇ ਕੋਲ ਵੀ ਉਹ ਮਰ ਗਿਆ ਚਲੋ ਹੁਣ ਆ ਖਬਰ ਦੇ ਪਿੱਛੇ ਲੱਗ ਜਾਓ ਉਹ ਮਰ ਗਿਆ ਹੁਣ ਇਹਦੇ ਪਿੱਛੇ ਲੱਗ ਜਾਓ ਅੱਛਾ ਜਉਂਦਾ ਚਲੋ ਹੁਣ ਇਹਦੇ ਪੁੱਤੇ ਖਬਰ ਬਣਾ ਦਿਓ ਅੱਛਾ ਜੀ ਐਂ ਹੋ ਗਿਆ ਹੁਣ ਇਹਦੇ ਤੇ ਬਣਾ ਦਿਓ ਅਸਲ ਵਿੱਚ ਸਾਨੂੰ ਦਿਲਚਸਪੀ ਆ ਇਹ ਸਾਨੂੰ ਸਵਾਦ ਆਉਂਦਾ ਇਹਨਾਂ ਖਬਰਾਂ ਦੇ ਵਿੱਚੋਂ ਜਿਹਦੇ ਕਰਕੇ ਅਸੀਂ ਕਿਸੇ ਦੀ ਵੀ ਮੌਤ ਕਿਸੇ ਦੀ ਵੀ ਚੰਗੇ ਬੰਦੇ ਪੱਖ ਦੀ ਖਬਰ ਆ ਜਣੀ ਉਹ ਮਸਾਲਾ ਲਾ ਲਾ ਕੇ ਸਾਡੇ ਵਿੱਚੋਂ ਕਈ ਲੋਕ ਤੜਕਾ ਲਾ ਲਾ ਕੇ ਅੱਗੇ ਪੇਸ਼ ਕਰਦੇ ਆ ਬੇਨਤੀ ਇਹ ਵੀ ਚਲੋ ਸੱਚ ਤਾਂ ਅੱਗੇ ਤੋਂ ਅੱਗੇ ਵਧਣਾ ਚਾਹੀਦਾ ਪਰ ਜਿਹੜੀਆਂ ਆਪੇ ਘੜੀਆਂ ਖਬਰਾਂ ਉਹਨਾਂ ਦੇ ਉੱਤੇ ਫੁੱਲ ਸਟਾਪ ਲੱਗਣਾ ਚਾਹੀਦਾ ਤੇ ਮੈਂ ਜਿਵੇਂ ਅੱਗੇ ਵੀ ਬੇਨਤੀ ਕੀਤੀ ਆ ਵੇ ਭਾਈ ਵਕ ਵਕ ਪੰਜਾਬੀ ਕਲਾਕਾਰਾਂ ਬਾਰੇ ਪੰਜਾਬੀ ਫਿਲਮੀ ਅਦਾਕਾਰਾਂ ਦੇ ਬਾਰੇ ਹਿੰਦੀ ਫਿਲਮ ਜਗਤ ਦੇ ਨਾਲ ਜੁੜੇ ਹੋਏ ਲੋਕਾਂ ਦੇ ਬਾਰੇ ਬੜੀ ਵਾਰ ਖਬਰਾਂ ਇਹੋ ਜੀਆਂ ਆਉਂਦੀਆਂ ਕਿ ਉਹਨਾਂ ਦੀ ਮੌਤ ਹੋ ਗਈ ਆ ਹਾਰਸ ਵਿੱਚ ਮੌਤ ਹੋ ਗਈ ਆ ਇਉਂ ਹੋ ਗਿਆ ਆ ਹੋ ਗਿਆ ਪਰ ਉਦੋਂ ਤਸੱਲੀ ਹੁੰਦੀ ਹੈ ਜਦੋਂ ਉਹ ਖਬਰਾਂ ਝੂਠੀਆਂ ਨਿਕਲਦੀਆਂ ਸੋ ਝੂਠੀ ਖਬਰ ਕਿਤੇ ਵੀ ਨਾ ਫੁਲਾਈ ਜਾਵੇ ਕਿਤੇ ਵੀ ਨਾ ਪਹੁੰਚਾਈ ਜਾਵੇ ਇਹਦੀ ਸਾਡੀ ਬੇਨਤੀ ਹੈ ਜੀ ਪੰਜਾਬ ਦੇ ਮੁੰਡੇ ਕੁੜੀਆਂ ਲਗਾਤਾਰ ਕੈਨੇਡਾ ਦੇ ਵਿੱਚ ਆ ਰਹੇ ਆ ਜਾਂ ਦੁਨੀਆ ਦੇ ਵੱਖ-ਵੱਖ ਹੋਰ ਹਿੱਸਿਆਂ ਦੇ ਵਿੱਚ ਜਾ ਰਹੇ ਆ ਸਭ ਤੋਂ ਵੱਧ ਵੈਸੇ ਕੈਨੇਡਾ ਦੇ ਵਿੱਚ ਆ ਰਹੇ ਆ ਅਸੀਂ ਅਕਸਰ ਇਹ ਗੱਲ ਕਰਦੇ ਕਿ ਪੰਜਾਬੀ ਕੈਨੇਡਾ ਦੇ ਵੱਲ ਜਾਂ ਬਾਹਰਲੇ ਮੁਲਕਾਂ ਦੇ ਵੱਲ ਕਿਉਂ ਜਾ ਰਹੇ ਆ ਪਰ ਸਵਾਲਾਂ ਦਾ ਸਵਾਲ ਇਹ ਆ ਕਿ ਕਿਉਂ ਨਾ ਜਾਣ ਹਾਲਾਂਕਿ ਮਰਜ਼ੀ ਸਭ ਦੀ ਆਪਣੀ ਆ ਉਹਨੇ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਰਹਿਣਾ ਕਿੱਥੇ ਆ ਨਹੀਂ ਰਹਿਣਾ ਕਿੱਥੇ ਇਹ ਉਹਦੀ ਨਿੱਜੀ ਮਰਜ਼ੀ ਆ ਪਰ ਕੈਨੇਡਾ ਜਾਂ ਬਾਹਰਲੇ ਮੁਲਕਾਂ ਦੇ ਵੱਲ ਪੰਜਾਬੀ ਪ੍ਰਵਾਸ ਕਿਉਂ ਕਰਦੇ ਆ ਇਹ ਪਹਿਲਾਂ ਵੀ ਸਵਾਲ ਸੀ ਇਹ ਅੱਜ ਵੀ ਸਵਾਲ ਆ ਇਹ ਸਵਾਲ ਪਤਾ ਨਹੀਂ ਕਿੰਨੀ ਦੇਰ ਤੱਕ ਸਵਾਲ ਰਹਿਣਾ ਪਰ ਇਹ ਮੈਨੂੰ ਲੱਗਦਾ ਨਹੀਂ ਕਿ ਕੋਈ ਬਹੁਤ ਵੱਡਾ ਅਲਜਬਰਾ ਜਿੰਨੀ ਦੇਰ ਤੱਕ ਸਾਡੀਆਂ ਲੋੜਾਂ ਦੀ ਪੂਰਤੀ ਨਹੀਂ ਹੁੰਦੀ ਉਨੀ ਦੇਰ ਤੱਕ ਬਾਹਰ ਜਾਵਾਂਗੇ ਜੇ ਯੂਪੀ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਪ੍ਰਵਾਸੀ ਮਜ਼ਦੂਰ ਜਾਂ ਬਿਹਾਰ ਦੇ ਮਜ਼ਦੂਰ ਉਹ ਪੰਜਾਬ ਦੇ ਵਿੱਚ ਆਉਂਦੇ ਆ ਪੰਜਾਬ ਦੇ ਵਿੱਚ ਆਪਦਾ ਰੋਜ਼ਗਾਰ ਭਾਲਦੇ ਤੇ ਅਸੀਂ ਬਾਹਰਲੇ ਮੁਲਕ ਤੇ ਜਾ ਕੇ ਭਾਲਦੇ ਵੈਸੇ ਕੋਈ ਵੱਡੀ ਗੱਲ ਹੈ ਨਹੀਂ ਪਰ ਕਈ ਵਾਰ ਇਹਦੇ ਤੇ ਮੁਹਿੰਮਾਂ ਚੱਲਦੀਆਂ ਕਿ ਪੰਜਾਬ ਦੀ ਜਵਾਨੀ ਨੂੰ ਪੰਜਾਬ 'ਚ ਰੋਕੋ ਬਿਲਕੁਲ ਰੁਕੂਗੀ ਉਹ ਰੁਕਣ ਨੂੰ ਤਿਆਰ ਕਿਹੜਾ ਚਿਤ ਕਰਦਾ ਤਾਂ ਆਪ ਜੀ ਦੇ ਜਾਂ ਮੇਰਾ ਚਿਤ ਕਰਦਾ ਕਿ ਅਸੀਂ ਆਪਦੇ ਪਰਿਵਾਰ ਦੀ ਆਪਣੇ ਮਾਤਾ ਪਿਤਾ ਦੀ ਜ਼ਮੀਨ ਜਾਇਦਾਦ ਨੂੰ ਵੇਚ ਕੇ ਬਾਹਰਲੇ ਮੁਲਕ ਵੱਲ ਨਿਕਲ ਜਗੇ ਅਸੀਂ ਕਿਸੇ ਹੋਰ ਦੇਸ਼ ਦੇ ਬਾਰੇ ਚੱਲ ਗਏ ਜਿੱਥੇ ਸਾਡਾ ਬਚਪਨ ਨਹੀਂ ਬੀਤਿਆ ਮਜਬੂਰੀਆਂ ਬਹੁਤ ਕੁਝ ਕਰਾਉਂਦੀਆਂ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਦੇਸ਼ ਦੇ ਵਿੱਚ ਹੀ ਸਾਡੀ ਜਵਾਨੀ ਰਵੇ ਤਾਂ ਫਿਰ ਜਿਹੜੇ ਦੇਸ਼ਾਂ ਦੇ ਵਿੱਚ ਜਾ ਕੇ ਉਹ ਆਪਦਾ ਸੁਨਹਿਰਾ ਭਵਖ ਲੱਭਦੇ ਆ ਉਹਨਾਂ ਦੇਸ਼ਾਂ ਵਿੱਚ ਲਾਪਵੈਖ ਸਾਨੂੰ ਉਹਨਾਂ ਦੀ ਜੰਮਣ ਪੋਏ ਦੇ ਉੱਤੇ ਮੁਹੱਈਆ ਕਰਾਉਣਾ ਪਊਗਾ ਉਹ ਉੱਥੇ ਰਹਿ ਲੈਣਗੇ ਹੁਣ ਖਬਰ ਆਈ ਹੈ ਜੀ ਕਿ ਮਾਲਵੇ ਦੇ ਵਕ ਵਕ ਪਿੰਡਾਂ ਦੇ ਵਿੱਚ ਆਈਲੈਂਡ ਸੈਂਟਰ ਕਿਵੇਂ ਖੁੱਲ ਗਿਆ ਵੈਸੇ ਤਾਂ ਪੰਜਾਬ ਦੇ ਕਿਸੇ ਵੀ ਬਸ ਅੱਡੇ ਵਾਲੇ ਜਾਗੇ ਕਿਸੇ ਵੀ ਮਾਰਕੀਟ ਦੇ ਵਾਲੇ ਜਾਗੇ ਤਾਂ ਇਉਂ ਲੱਗਦਾ ਵੀ ਭਾਈ ਜਿੰਨੇ ਇੱਥੇ ਵੱਡੇ ਬੋਰਡ ਲੱਗੇ ਆਈਲੈਂਡਸ ਤੋਂ ਬਿਨਾ ਜਾਓ ਪਹਿਲਾਂ ਪੈਸੇ ਨਾ ਦਿਓ ਬਗਰੋ ਪੈਸੇ ਦਿਓ ਜੇਕਰ ਤੁਸੀਂ ਗੂੰਗੇ ਨਹੀਂ ਤਾਂ ਆਈਲੈਂਡਸ ਕਰ ਸਕਦੇ ਹੋ ਫਲਾ ਹੈ ਢੀਂਗਾ ਉਹ ਇਉਂ ਲੱਗਦਾ ਕਿ ਬੱਸਾਂ ਭਰ-ਭਰ ਕੇ ਕੈਨੇਡਾ ਜਾਂ ਬਾਹਰਲੇ ਮੁਲਕਾਂ ਦੇ ਵਿੱਚ ਇੱਥੋਂ ਬੰਦੇ ਭੇਜੇ ਜਾਂਦੇ ਆ ਜਦਕਿ ਏਵੇਂ ਨਹੀਂ ਬਹੁਤ ਸਾਰੀਆਂ ਥਾਵਾਂ ਤੇ ਠੱਗੀ ਵੀ ਹੁੰਦੀ ਆ ਕਈ ਵਿਦਿਆਰਥੀ ਵੀ ਠੱਗੇ ਜਾਂਦੇ ਆ ਕਈ ਏਜੰਟਾਂ ਦੇ ਰਾਹੀਂ ਹੋਰ ਤਰੀਕੇ ਰਾਹੀਂ ਜਾਂਦੇ ਆ ਉਹ ਵੀ ਠੱਗੇ ਜਾਂਦੇ ਆ ਭਾਈ ਬਚਾ ਦੇ ਵਿੱਚ ਹੀ ਬਚਾ ਪਰ ਜਿਹੜੀ ਰਿਪੋਰਟ ਆਈ ਆ ਕਿ ਮਾਲਵੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਪਹਿਲਾਂ ਕਹਿੰਦੇ ਸੀ ਵੀ ਦੁਆਬਾ ਜਿਹੜਾ ਉਹ ਐਨ ਆਰ ਆਈ 벨ਟ ਆ ਹੁਣ ਹੌਲੀ ਹੌਲੀ ਮਾਲਵੇ ਦੇ ਵਿੱਚੋਂ ਇਕੱਲੇ ਇਕੱਲੇ ਪਿੰਡ ਦੇ ਵਿੱਚੋਂ ਕਿੰਨੀ ਵੱਡੀ ਗਿਣਤੀ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਇੱਕ ਇੱਕ ਪਿੰਡ ਦੇ ਵਿੱਚੋਂ ਮੁੰਡੇ ਕੁੜੀਆਂ ਬਾਹਰਲੇ ਮੁਲਕਾਂ ਵੱਲ ਜਾ ਰਹੇ ਆ ਇਹਦੀ ਰਿਪੋਰਟ ਆਈ ਆ ਪਹਿਲਾਂ ਰਿਪੋਰਟ ਦਾ ਵੀਰਵਾ ਤੇ ਫਿਰ ਕਰਾਂ ਗੰਟਪੜੀ ਦੁਆਬੇ ਵਾਲਿਆਂ ਵਾਂਗ ਮਲਵਈਆਂ ਦੇ ਵਿੱਚ ਵੀ ਵਿਦੇਸ਼ ਜਾ ਕੇ ਵਸਣ ਦਾ ਲਗਾਤਾਰ ਕਰੇਜ਼ ਵਧ ਰਿਹਾ ਮਾਲਵੇ ਵਿੱਚ ਪਿਛਲੇ 5 ਵਰਿਆਂ ਤੋਂ ਆਈਲੈਟਸ ਕੋਚਿੰਗ ਸੈਂਟਰ ਤੇ ਵੀਜ਼ਾ ਕੰਸਲਟੈਂਸੀ ਦਫ਼ਤਰ ਖੁੱਲਣ ਮਗਰੋਂ ਨੌਜਵਾਨਾਂ ਦੇ ਵਿਦੇਸ਼ ਜਾਣ ਦੀ ਦਰ ਸਿਖਰ ਦੇ ਉੱਤੇ ਪਹੁੰਚ ਗਈ ਹੈ ਆਲਮੀ ਇਹ ਹੈ ਕਿ ਗਿੱਦੜਬਾਹਾ ਦੇ ਨੇੜਲੇ ਪਿੰਡ ਹਰੀਕੇ ਕਲਾਂ ਦੇ ਵਿੱਚ ਹਰ 5ਵੇਂ ਘਰ ਦੇ ਵਿੱਚੋਂ ਇੱਕ ਨੌਜਵਾਨ ਵਿਦੇਸ਼ ਦੇ ਵਿੱਚ ਪੜਨ ਗਿਆ ਅਸਲ ਵਿੱਚ ਇਸ ਪਿੰਡ ਦੀ ਆਬਾਦੀ 10000 ਦੇ ਕਰੀਬ ਹੈ ਤੇ ਮੰਨਿਆ ਜਾ ਰਿਹਾ ਜੀ ਕਿ ਇਸ ਪਿੰਡ ਦੇ ਵਿੱਚੋਂ ਕਈ ਸੈਂਕੜੇ ਨੌਜਵਾਨ ਮੁੰਡੇ ਕੁੜੀਆਂ ਵਿਦੇਸ਼ ਚਾ ਚੁੱਕੇ ਨੇ ਜਿਨ੍ਹਾਂ ਦੇ ਵਿੱਚੋਂ ਬਹੁਤੇ ਕੈਨੇਡਾ ਦੇ ਵਿੱਚ ਅੰਗਰੇਰੀ ਪੜ੍ਹਾਈ ਵਾਸਤੇ ਗਏ ਨੇ ਬੱਚਾ ਨੂੰ ਬਾਹਰ ਭੇਜਣ ਦੇ ਲਈ ਪਿੰਡ ਦੇ ਕਈ ਪਰਿਵਾਰਾਂ ਨੇ ਆਪਣੀ ਖੇਤੀਬਾੜੀ ਵਾਲੀ ਜ਼ਮੀਨ ਵੇਚੀ ਹੈ ਇੱਥੇ ਜ਼ਮੀਨ ਵੇਚਣ ਵਾਲੇ ਖਰੀਦਣ ਵਾਲਿਆਂ ਤੋਂ ਵੱਧ ਨੇ ਜਿਸ ਕਰਕੇ ਜ਼ਮੀਨ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ ਪਿੰਡ ਦੇ ਇੱਕ ਵਿਅਕਤੀ ਨੇ ਕਿਹਾ ਕਿ 5 ਸਾਲ ਪਹਿਲਾਂ ਪਿੰਡ ਦੀ ਜ਼ਮੀਨ ਦੀ ਕੀਮਤ ਪ੍ਰਤੀ ਏਕੜ 35 ਲੱਖ ਰੁਪਏ ਸੀ ਪਰ ਹੁਣ ਇਹ 20 ਤੋਂ 25 ਲੱਖ ਰੁਪਏ ਪ੍ਰਤੀ ਏਕੜ ਰਹਿ ਗਈ ਹੈ। ਇਹ ਦਰ ਇਸ ਕਰਕੇ ਹੇਠਾਂ ਆਈ ਕਿਉਂਕਿ ਲੋਕ ਆਪਣੇ ਬੱਚਿਆਂ ਨੂੰ ਪੜ੍ਹਾਈ ਵਾਸਤੇ ਬਾਹਰ ਭੇਜਣ ਦੇ ਲਈ তড়ਾ- তড় ਜ਼ਮੀਨਾਂ ਵੇਚ ਰਹੀਆਂ ਨੇ। ਔਸਤਨ ਹਰ 5 ਘਰਾਂ ਦੇ ਵਿੱਚੋਂ ਇੱਕ ਨੌਜਵਾਨ ਵਿਦੇਸ਼ ਤੇ ਵੱਲ ਜਾ ਰਿਹਾ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇਹੋ ਜਿਹਾ ਕੋਈ ਵਿਅਕਤੀ ਨਹੀਂ ਮਿਲਿਆ ਜਿਸ ਨੇ ਆਪਣੇ ਬੱਚਿਆਂ ਨੂੰ ਬਾਹਰ ਨਾ ਭੇਜਿਆ ਹੋਵੇ ਤੇ ਬਾਅਦ ਵਿੱਚ ਵੇਚੀ ਗਈ ਜ਼ਮੀਨ ਮੁਰਖ ਖਰੀਦੀ ਹੋਵੇ। ਇਹਨਾਂ ਨੌਜਵਾਨਾਂ ਦੇ ਕੈਨੇਡਾ ਤੇ ਆਸਟ੍ਰੇਲੀਆ ਜਾਣ ਤੇ ਇੱਥੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਆਈਲੈਟ ਸੁਪਰੀਖਿਆਰੀ ਤਿਆਰੀ ਲਈ ਮੁਖਤਰ ਸਾਹਿਬ ਦੇ ਕੋਚਿੰਗ ਸੰਸਥਾਨਾਂ ਨੂੰ ਜਾਂਦੇ ਹੋਏ ਦਿਸਦੇ ਨੇ ਇਸ ਖਬਰ ਦੇ ਉੱਤੇ ਟਿੱਪਣੀ ਕਰ ਲੈ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਇਹ ਗੱਲ ਇਕੱਲੇ ਹਰੀਕੇ ਪਿੰਡ ਜਾਂ ਕਿਸੇ ਹੋਰ ਇੱਕ ਪਿੰਡ ਦੀ ਨਹੀਂ ਗਈ ਇਹ ਗੱਲ ਪੰਜਾਬ ਦੇ ਇਕੱਲੇ-ਇਕੱਲੇ ਪਿੰਡ ਦੀ ਆ ਮੈਂ ਇੱਕ ਅੱਗੇ ਵੀ ਦੱਸਿਆ ਸੀ ਕਿ ਮੇਰਾ ਇੱਕ ਦੋਸਤ ਆ ਜਿਹੜਾ ਉਹਦੇ ਮੈਂ ਪਿੰਡ ਦੇ ਵਿੱਚ ਗਿਆ ਤੇ ਉਹ ਪਿੰਡ ਦੇ ਵਿੱਚ ਜ਼ਮੀਨਾਂ ਦੀ ਖਰੀਦੋ-ਫਰੋਖਤ ਦਾ ਕੰਮ ਕਰਦਾ ਉਹਨੇ ਮੈਨੂੰ ਮੋਟਰਸਾਈਕਲ ਦੇ ਪਿੱਛੇ ਬਿਠਾਇਆ ਤੇ ਉਹਨੇ ਮੈਨੂੰ ਆਪਦੇ ਪੂਰੇ ਪਿੰਡ ਦਾ ਢੇੜਾ ਕਢਾਇਆ ਖੇਤਾਂ ਦੀਆਂ ਪਾਈਆਂ ਤੇ ਲੈ ਕੇ ਗਿਆ। ਉਹ ਮੈਨੂੰ ਦੱਸੀ ਗਿਆ ਜੀ ਕਿ ਉਹ ਜਿਹੜੀ ਸਫੈਦਾਂ ਵਾਲੀ 5 ਏਕੜ ਜ਼ਮੀਨ ਆ ਇਹ ਫਲਾਣਾ ਦੀ ਆ ਇਹ ਵੀ ਵਿਕਾਊ ਆ ਉਹ ਜਿਹੜਾ ਤੂੜੀ ਦੇ ਕੁੱਪ ਵਾਲੀ ਆ ਉਹ 3 ਏਕੜਾ ਇਹ ਵੀ ਵਿਕਾਊ ਆ। ਉਹ ਜਿੱਥੇ ਟਾਲੀ ਲੱਗੀ ਆ ਉਹ 2 ਏਕੜਾ ਇਹ ਵੀ ਵਿਕਾਊ ਆ। ਉਹ ਜਿਹੜੀ ਨੀਵੀਂ ਜ਼ਮੀਨ ਆ ਜਿੱਥੇ ਦੋ ਮੋਟਰਾਂ ਚੱਲ ਰਹੀਆਂ ਇਹ 6 ਏਕੜਾ ਫਲਾਣਾ ਦੀ ਇਹ ਵੀ ਵਿਕਾਊ ਆ। ਉਹ ਫਲਾਣਾ ਜਿਹੜਾ ਕਿ ਘਰ ਪਲਸਤਰ ਕਰਨ ਵਾਲਾ ਅੱਧ ਵਿਚਾਲੇ ਰਹਿ ਗਿਆ ਇਹ ਵੀ ਵਿਕਾਊ ਆ ਨਾਲ ਦੀ ਜ਼ਮੀਨ ਵੀ ਵਿਕਾਊ ਆ ਜਿੱਥੇ ਚਰੀ ਆ। ਮੈਂ ਇਹਨੂੰ ਪੁੱਛਿਆ ਵੀ ਇੰਨੀ ਜ਼ਮੀਨ ਤੁਹਾਡੇ ਪਿੰਡ 'ਚ ਕਿਉਂ ਬਕਾਉ ਆ ਉਹ ਕਹਿੰਦਾ ਬਾਈ ਜੀ ਪਹਿਲਾ ਕਾਰਨ ਆਈਲੈਂਡਸ ਦੂਜਾ ਕਾਰਨ ਜਿਹੜੀਆਂ ਲਿਮਟਾਂ ਟੁੱਟੀਆਂ ਇਹ ਤੀਜਾ ਕਾਰਨ ਰੋਗ ਵੀ ਆ ਵੀ ਕਿਸੇ ਨੂੰ ਕੈਂਸਰ ਹੋ ਗਿਆ ਕਿਸੇ ਦੇ ਪਰਿਵਾਰ 'ਚ ਕੋਈ ਸਮੱਸਿਆ ਆ ਗਈ ਤੇ ਇੱਕ ਹੋਰ ਕਾਰਨ ਆ ਧੀਆਂ ਪੁੱਤਾਂ ਦੇ ਮਹਿੰਗੇ ਵਿਆਹ ਜੀ ਦੇ ਕਰਕੇ ਸਿਰ ਦੇ ਉੱਤੇ ਕਰਜ਼ੇ ਦੀ ਪੰਡ ਭਾਰੀ ਹੋ ਗਈ ਆ ਸੋ ਜਿਹੜੇ ਤਾਂ ਅਸੀਂ ਆਪ ਮੁਹਾਰੇ ਕਰਜ਼ੇ ਚੜਾਏ ਆ ਬੇ ਲੋੜੇ ਆ ਸਿਰਫ ਨਕਦੇ ਚੱਕਰ ਦੇ ਵਿੱਚ ਉਹ ਤਾਂ ਅਸੀਂ ਆਪ ਹੀ ਰੋਕ ਗਏ ਪਰ ਕਈ ਵਾਰੀ ਕੁਦਰਤ ਦੀ ਮਾਰ ਐਸੀ ਪੈਂਦੀ ਆ ਪਤਾ ਹੀ ਨਹੀਂ ਹੁੰਦਾ ਅਗਲੇ ਪਲ ਦੇ ਵਿੱਚ ਕੀ ਹੋ ਜਾਣਾ ਪਰ ਗੱਲ ਇਹ ਆ ਵੀ ਜੇਕਰ ਸਾਡੇ ਸੂਬੇ ਦੇ ਵਿੱਚ ਸਾਡੇ ਸੋਹਣੇ ਪੰਜਾਬ ਦੇ ਵਿੱਚ ਸਭ ਕੁਝ ਸਹੀ ਤਰੀਕੇ ਨਾਲ ਮਿਲੇ ਕਿਸੇ ਦਾ ਚਿੱਤ ਨਹੀਂ ਕਰਨਾ ਜ਼ਮੀਨਾਂ ਵੇਚ ਕੇ ਬਾਹਰਲੇ ਮੁਲਕਾਂ ਨੂੰ ਜਾਏਗੇ ਅਸੀਂ ਤਾਂ ਕੈਨੇਡਾ ਆਸਟ੍ਰੇਲੀਆ ਜਾਂ ਬਾਕੀ ਵੱਖ-ਵੱਖ ਮੁਲਕਾਂ ਦੇ ਧੰਨਵਾਦੀ ਨਹੀਂ ਆ ਵੀ ਉਥੋਂ ਦੀਆਂ ਸਰਕਾਰਾਂ ਨੇ ਸਾਨੂੰ ਮੌਕੇ ਦਿੱਤੇ ਸਾਨੂੰ ਇਹ ਮੌਕੇ ਸਾਡੇ ਸੋਹਣੇ ਪੰਜਾਬ ਦੇ ਵਿੱਚ ਹੀ ਮਿਲਣੇ ਚਾਹੀਦੇ ਆ ਜਿੰਦਾਬਾਦ ਜ਼ਿੰਦਗੀ ਪੰਜਾਬ ਚੜ੍ਹਦੀ ਕਲਾ ਦੇ ਵਿੱਚ ਰਵੇ ਇਹਦੀ ਅਸੀਂ ਕਾਮਨਾ ਕਰਦੇ ਆਂ ਖਬਰਾਂ ਦੋਸਤੋ ਕਈ ਹੋਰ ਵੀ ਸੰ ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਬਹੁਤ ਬਹੁਤ ਧੰਨਵਾਦ